ਇੱਕ 10ਵੀਂ ਕਲਾਸ ਦੇ ਮੁੰਡੇ ਦਾ ਸ਼ਰੇਆਮ ਤੇਜ਼ ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ। ਦੱਸ ਦਈਏ ਕਿ ਨਾਲ ਦੇ ਹੀ ਬੱਚਿਆਂ ਦੇ ਨਾਲ ਉਸਦੀ ਕਲਾਸ 'ਚ ਲੜਾਈ ਹੋਈ ਸੀ, ਜਿਸ ਤੋਂ ਬਾਅਦ ਉਹਨਾਂ ਨੇ ਟਾਈਮ ਪਾਇਆ ਸੀ ਕਿ ਆਪਾਂ ਇਸ ਦਿਨ ਨੂੰ ਬੈਠ ਕੇ ਗੱਲਬਾਤ ਜੋ ਵੀ ਹੋਊਗੀ ਨਿਬੇੜ ਲਈ ਜਾਵੇਗੀ। ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਬੱਚਾ ਵੀ ਆਪਣੇ ਸਾਥੀਆਂ ਦੇ ਨਾਲ ਉੱਥੇ ਪਹੁੰਚਿਆ ਸੀ ਅਤੇ ਦੂਜੀ ਧਿਰ ਦੇ ਵੀ ਜੋ ਇਸਦੇ ਕਲਾਸ ਦੇ ਵਿੱਚ ਵਿਦਿਆਰਥੀ ਪੜ੍ਹਦੇ ਸੀ ਉਹ ਵੀ ਆਪਣੇ ਨਾਲ ਕੁਝ ਮੁੰਡਿਆਂ ਨੂੰ ਲੈ ਕੇ ਆਏ ਸੀ। ਜਿਸ ਤੋਂ ਬਾਅਦ ਜਦੋਂ ਸਮਝੌਤਾ ਹੋ ਰਿਹਾ ਸੀ ਤਾਂ ਉਸ ਦੌਰਾਨ ਦੱਸਿਆ ਜਾ ਰਿਹਾ ਕਿ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੇ ਵਿਚਕਾਰ ਬਹਿਸ ਹੋ ਗਈ। ਬਹਿਸ ਇਸ ਕਦਰ ਵੱਧ ਗਈ ਕਿ ਦੋਵਾਂ ਨੇ ਇੱਕ ਦੂਜੇ ਦੇ ਉੱਤੇ ਹਮਲਾ ਕਰ ਦਿੱਤਾ। ਜੋ ਦੂਜੀ ਧਿਰ ਦੇ ਵਿਦਿਆਰਥੀ ਸੀ ਉਹਨਾਂ ਦੇ ਵੱਲੋਂ ਜੋ ਹੈ ਕਾਫ਼ੀ ਤੇਜ਼ ਧਾਰ ਹਥਿਆਰ ਆਪਣੇ ਨਾਲ ਲੈ ਕੇ ਆਏ ਸੀ, ਜਿਸ ਤੋਂ ਬਾਅਦ ਇਸ ਨੌਜਵਾਨ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ। ਤੇਜ਼ ਧਾਰ ਹਥਿਆਰ ਇਸਦੇ ਸਰੀਰ ਦੇ ਉੱਤੇ ਕਈ ਡੂੰਘੇ ਜ਼ਖਮ ਦੇ ਜਾਂਦੇ ਨੇ, ਜਿਸ ਤੋਂ ਬਾਅਦ ਇਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ। ਤਾਂ ਹੁਣ ਇਲਾਜ ਦੇ ਦੌਰਾਨ ਇਸ ਨੌਜਵਾਨ ਦੀ ਮੌਤ ਹੋ ਗਈ ਹੈ। ਤਾਂ ਚਾਹਤ ਪ੍ਰੀਤ ਵਜੋਂ ਇਸਦੀ ਪਹਿਚਾਣ ਹੋਈ ਹੈ। 16 ਸਾਲ ਇਸਦੀ ਉਮਰ ਦੱਸੀ ਜਾ ਰਹੀ ਹੈ, ਜੋ ਕਿ 10ਵੀਂ ਜਮਾਤ ਦਾ ਵਿਦਿਆਰਥੀ ਸੀ। ਤਾਂ ਨਾਲ ਦੇ ਵਿਦਿਆਰਥੀਆਂ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਜਿਹੀ ਬਹਿਸ ਹੋ ਜਾਂਦੀ ਹੈ ਅਤੇ ਬਹਿਸ ਇਸ ਕਦਰ ਵੱਧ ਜਾਂਦੀ ਹੈ ਕਿ ਹੁਣ ਇਸ ਨੌਜਵਾਨ ਦੀ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਦੇ ਵੱਲੋਂ ਹੁਣ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ। ਫਿਰੋਜ਼ਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਸੀ। 16 ਸਾਲ ਇਹਦੀ ਉਮਰ ਸੀ, ਚਾਤਪ੍ਰੀਤ ਸੀ। ਕਿਹੜੀ ਕਲਾਸ ਸੀ? 10ਵੀਂ ਕਲਾਸ 'ਚ ਪੜ੍ਹਦਾ ਸੀਗਾ ਜੀ। ਮਸਲਾ ਕਿ ਬੱਚਿਆਂ ਦੀ ਲੜਾਈ ਸੀਗੀ ਜੀ, ਉਹਨੂੰ ਕਿਰਪਾਨਾਂ ਨਾਲ ਸਾਰਿਆਂ ਨੇ ਵੱਢਤਾ ਜੀ, ਬੱਚਿਆਂ ਨੇ ਉਹਦੀ ਡੈਥ ਹੋ ਗਈ ਹੈ ਜੀ, ਹੋ ਚੁੱਕੀ ਆ। ਹਾਂਜੀ ਸਾਹਿਬ, ਸਾਡੇ ਪਰਿਵਾਰ 'ਚ ਇਕੱਲਾ ਸੀਗਾ ਜੀ, ਇੱਕ ਬੇਟਾ ਸੀਗਾ ਜੀ, ਅਤੇ ਉਹਦੀ ਡੈਥ ਹੋ ਚੁੱਕੀ ਹੈ ਜੀ। ਇਹ ਸਕੂਲੀ ਝਗੜਾ ਸੀ ਜੀ ਇਹਨਾਂ ਦਾ, ਕੋਈ ਮਾੜਾ ਮੋਟਾ ਆ, ਸਾਨੂੰ ਤਾਂ ਦੱਸਿਆ ਨਹੀਂ ਬੱਚੇ ਨੇ ਕੀ ਸੀਗਾ ਜੀ। ਇਹ ਜਿਹੜੇ ਨਾਲ ਪੜ੍ਹਦੇ ਬੱਚੇ ਆ ਵੀ ਇੱਥੇ ਆ ਜੀ ਸਾਡੇ ਕੋਲ, ਉਹ ਦੱਸਦੇ ਹੁਣ ਕੋਈ ਮਾੜਾ ਮੋਟਾ ਹੀ ਰੌਲਾ ਸੀ ਇਹਨਾਂ ਦਾ ਜੀ। ਇਹਨਾਂ ਨੇ ਫਿਰ ਸੋਮਵਾਰ ਉਹਨੂੰ ਸੱਦ ਕੇ ਕਹਿੰਦੇ ਵੀ ਆਪਾਂ ਬਹਿ ਕੇ ਰਾਜ਼ੀਨਾਮਾ ਕਰਦੇ ਹਾਂ, ਅਤੇ ਉਹਨਾਂ 'ਤੇ ਵੀ ਤੇਜ਼ ਧਾਰ ਹਥਿਆਰਾਂ ਨਾਲ ਵਾਰ ਕਰਤੇ ਜੀ, ਉਹਨਾਂ 'ਤੇ ਪਿਸਟਲ ਵੀ ਸੀਗੇ ਜੀ ਉਹਨਾਂ ਕੋਲ। ਸਕੂਲ ਦੇ ਪਿਛਲੇ ਪਾਸੇ? ਹਾਂਜੀ ਹਾਂਜੀ, ਉਹ ਗਰਾਊਂਡ ਦੇ ਸਾਹਮਣੇ ਜੀ ਪਿੱਛੇ। ਤਾਂ ਫਿਰ ਇਹਨੂੰ ਕਿੱਥੇ ਲੈ ਗਏ ਸੀ ਜੋ ਜ਼ਖਮੀ ਹੋਇਆ ਸੀਗਾ? ਇਹਨੂੰ ਲੈ ਕੇ ਗਏ ਸੀ ਬਾਗੀ ਹੋਸਪਿਟਲ, ਉੱਥੇ ਇਹ ਬੱਚੇ ਕਰਕੇ ਉਹਨਾਂ ਨੇ ਐਡਮਿਟ ਨਹੀਂ ਕੀਤਾ ਜੀ ਉੱਥੇ, ਅਤੇ ਉਹ ਫਿਰ ਇੱਥੇ ਲੈ ਕੇ ਆਏ ਸਿਵਲ ਹੋਸਪਿਟਲ ਇੱਥੇ। ਇਹਨਾਂ ਨੇ ਮਾੜੀ ਮੋਟੀ ਪੱਟੀ ਜੀ ਕਰਕੇ ਜੀ ਫਿਰ ਉੱਥੇ ਕਹਿੰਦੇ ਫਰੀਦਕੋਟ ਲੈ ਜਾਓ ਜੀ। ਉਹ ਬੱਚੇ ਨੂੰ ਵੀ ਯਾਨੀ ਕਿ ਰਾਹ 'ਚ ਉਹਨੂੰ ਹੋ ਰਿਹਾ ਸੀ ਬੱਚੇ ਦਾ, ਅਤੇ ਇਹ ਉਹਨੂੰ ਵਾਪਸ ਲੈ ਆਏ ਬੱਚੇ ਨੂੰ, ਉਹਦੀਆਂ ਨਾੜੀਆਂ ਨੂੜੀਆਂ ਕਹਿੰਦੇ ਫਟ ਗਈਆਂ ਸੀਗੀਆਂ, ਅਤੇ ਵਾਪਸ ਲੈ ਇਹਨਾਂ ਨੇ ਫਿਰ ਬਾਗੀ ਹੋਸਪਿਟਲ ਕਰਾਇਆ ਜੀ। ਪਰ ਬਾਗੀ ਹੋਸਪਿਟਲ 'ਚ ਵੀ ਪਿਆ ਹੀ ਰਿਹਾ ਜੀ, ਉਹਨਾਂ ਨੇ ਕੁਛ ਨਹੀਂ ਕੀਤਾ। ਡੈਥ ਹੋ ਗਈ ਹੁਣ? ਹਾਂਜੀ ਡੈਥ ਹੋ ਗਈ। ਪਰਿਵਾਰ ਦੇ ਵਿੱਚ ਇਕੱਲਾ ਮੁੰਡਾ ਸੀ ਤੁਹਾਡਾ? ਹਾਂਜੀ ਇਕੱਲਾ ਹੀ ਬੇਟਾ ਸੀ। ਕਿੰਨੇ ਜੀ ਹੈਗੇ ਪਰਿਵਾਰ ਦੇ ਵਿੱਚ ਤੁਹਾਡੇ? ਪਰਿਵਾਰ 'ਚ ਜੀ 3 ਜਣੇ। 3 ਜਣੇ? ਕੌਣ ਕੌਣ? ਮੈਂ ਤੇ ਮੇਰੀ ਵਾਈਫ ਤੇ ਮੇਰਾ ਬੇਟਾ ਹੀ ਸੀ। ਅੱਛਾ, ਬੇਟਾ ਹੀ ਸੀਗਾ। ਤੇ ਕਿਹੜੀ ਕਲਾਸ 'ਚ ਪੜ੍ਹਦਾ ਹੈਗਾ ਸੀ? 8th ਜੀ। 10th? ਕੀ ਮੰਗ ਕਰਦੇ ਹੈਗੇ? ਮੈਂ ਤਾਂ ਇਨਸਾਫ਼ ਦੀ ਮੰਗ ਕਰਦਾ ਜੀ, ਜਿਵੇਂ ਹੁਣ ਇਹ ਕਹਿ ਰਹੇ ਆ ਜੀ ਵੀ ਹਾਂਜੀ 40 ਘੰਟੇ ਤਾਂ ਊਂ ਹੋ ਗਏ ਜੀ, ਇਹਨਾਂ ਨੇ ਕੁਛ ਨਹੀਂ ਕੀਤਾ ਜੀ ਹਜੇ ਤੱਕ। ਹਾਂਜੀ, ਕੋਈ ਉਹਨਾਂ 'ਚੋਂ ਬੰਦਾ ਤਾਂ ਅਰੈਸਟ ਕਰਨੀ ਜੀ, ਹੁਣ ਸਾਨੂੰ ਕਹਿੰਦੇ ਵੀ ਪੋਸਟਮਾਰਟਮ ਕਰਾਓ ਇਹਦਾ, ਅਸੀਂ ਉਹਨਾਂ ਟਾਈਮ ਪੋਸਟਮਾਰਟਮ ਨਹੀਂ ਕਰਾਉਣਾ ਜੀ ਜਿੰਨਾ ਟਾਈਮ ਇਹ ਬੰਦੇ ਨਹੀਂ ਅਰੈਸਟ ਕਰਦੇ ਜੀ। ਕੀ ਨਾਮ ਸੀ ਲੜਕੇ ਦਾ? ਇਹ ਸਕੂਲ ਦੇ ਵਿੱਚ ਬੱਚੇ ਲੜੇ ਆ ਜੀ, ਇੱਕੋ ਕਲਾਸ ਦੇ ਵਿੱਚ ਪੜ੍ਹਦੇ ਸੀ, 11ਵੀਂ ਕਲਾਸ ਦੇ ਵਿੱਚ, ਅਤੇ ਪਹਿਲੇ ਬੱਚੇ ਨੂੰ ਸੱਟਾਂ ਲੱਗੀਆਂ, ਸੱਟਾਂ ਦੀ ਧਾਵ ਨਾ ਚੱਲਦੇ ਹੋਏ ਬੱਚੇ ਦੀ ਡੈਥ ਹੋ ਗਈ ਹੈ। ਆਲਰੇਡੀ ਕੇਸ ਰਜਿਸਟਰ ਹੈ, ਜਿਹੜਾ ਬੱਚਾ ਮਰਿਆ ਉਹ ਵੀ ਛੋਟੀ ਉਮਰ ਦਾ ਸੀ, ਜੁਵਨਾਈਲ, ਜਿਹਨਾਂ ਨੇ ਲੜੇ ਆ, ਜਿਹਨਾਂ ਨੇ ਮਾਰ ਕਰਾਈ ਕੀਤੀ ਉਹ ਵੀ ਜੁਵਨਾਈਲ ਹੈ, ਕੇਸ ਰਜਿਸਟਰ ਹੈ। ਜੁਵਨਾਈਲ ਐਕਟ ਦੀਆਂ ਧਾਰਾ ਮੁਤਾਬਕ ਕਾਰਵਾਈ ਅਸੀਂ ਕਾਨੂੰਨ ਮੁਤਾਬਕ ਅਮਲ 'ਚ ਲਿਆ ਕੇ ਜਲਦੀ ਹੀ ਉਹਨਾਂ ਨੂੰ ਪੇਸ਼ ਅਦਾਲਤ ਕਰਾਂਗੇ।